ਹਾਂਜੀ, ਕੱਲ ਮਿਤੀ 20/12 ਨੂੰ ਥਾਣਾ ਜੀਤਵਾਲ ਦੀ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਗੁਰਸੇਵ ਸਿੰਘ ਔਰ ਘੁੱਗੀ ਪੁੱਤਰ ਬਲਵੀਰ ਸਿੰਘ ਵਾਸੀ ਮਾਛੀਕੇ, ਕੁਲਵਿੰਦਰ ਸਿੰਘ ਕਿੰਦਾ ਪੁੱਤਰ ਬਲਜੀਤ ਸਿੰਘ ਵਾਸੀ ਮਾਛੀਕੇ ਅਤੇ ਜਸਪ੍ਰੀਤ ਸਿੰਘ ਜੱਸਾ ਪੁੱਤਰ ਹਰਭਜਨ ਸਿੰਘ ਵਾਸੀ ਬਿਲਾਸਪੁਰ, ਇਹ ਤਿੰਨੇ ਜਿਹੜੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਕਰਦੇ ਆ ਅਤੇ ਕਿਸੇ ਖੋਹ ਦੇ ਮੋਟਰਸਾਈਕਲ ਸਮੇਤ ਇਹ ਤਖਾਨਵਾਦ ਪਿੰਡ ਤੋਂ ਢੁੱਡੀਕੇ ਨੂੰ ਆ ਰਹੇ ਆ, ਜਿਸ ਦੇ ਆਧਾਰ 'ਤੇ ਮੁਕੱਦਮਾ ਦਰਜ ਕਰਕੇ ਇਹ ਐੱਸ ਏ ਸੰਦੀਪ ਕੁਮਾਰ ਨੇ ਦੱਸੀ ਹੋਈ ਜਗ੍ਹਾ 'ਤੇ ਨਾਕਾਬੰਦੀ ਕਰਕੇ ਇਹਨਾਂ ਤਿੰਨਾਂ ਨੂੰ ਕਾਬੂ ਕੀਤਾ। ਇਹਨਾਂ ਦੇ ਕੋਲੋਂ ਇੱਕ ਹੀਰੋ ਪ੍ਰੋ ਮੋਟਰਸਾਈਕਲ ਸਪਲੈਂਡਰ ਜਿਹੜਾ ਇਹਨਾਂ ਨੇ 4-5 ਦਿਨ ਪਹਿਲਾਂ ਹੀ ਬੰਦੀ ਗਲਾਂ ਇਲਾਕੇ 'ਚੋਂ ਖੋਹ ਕੀਤੀ ਸੀ ਉਹ ਬਰਾਮਦ ਕੀਤਾ। ਦੋ ਇਹਨਾਂ ਦੇ ਕੋਲੋਂ ਜਸਪ੍ਰੀਤ ਸਿੰਘ ਜੱਸੇ ਕੋਲੋਂ ਅਤੇ ਕੁਲਵਿੰਦਰ ਸਿੰਘ ਕਿੰਦਾ ਦੇ ਕੋਲੋਂ ਖਿਡੌਣੇ ਪਿਸਤੌਲ ਜਿਹੜੇ ਕਿ ਪਿਸਤੌਲ ਦਾ ਡਰਾਵਾ ਦੇ ਕੇ ਲੋਕਾਂ ਤੋਂ ਖੋਹਾਂ ਕਰਦੇ ਸੀ ਉਹ ਬਰਾਮਦ ਕੀਤੇ ਹੈ। ਪੁੱਛਗਿੱਛ ਦੌਰਾਨ ਦੋ ਮੋਟਰਸਾਈਕਲ ਹੋਰ ਜਿਹੜੇ ਇਹਨਾਂ ਨੇ ਪਹਿਲਾਂ ਹੋਏ ਸੀਗੇ, ਇੱਕ ਹੀਰੋ ਹਾਂਡਾ CD100 ਹੈ, ਇੱਕ ਮੋਟਰਸਾਈਕਲ ਹੀਰੋ HF Deluxe ਹੈ, ਦੋ ਹੋਰ ਮੋਟਰਸਾਈਕਲ ਰਿਕਵਰ ਕੀਤੇ ਹੈ। ਹੁਣ ਤੱਕ ਇਹਨਾਂ ਦੋਸ਼ੀਆਂ ਤੋਂ ਕੁੱਲ ਅਸੀਂ 3 ਮੋਟਰਸਾਈਕਲ ਰਿਕਵਰ ਕਰ ਚੁੱਕੇ ਹਾਂ, 2 ਖਿਡੌਣਾ ਪਿਸਤੌਲ ਰਿਕਵਰ ਕੀਤੇ ਹੈ। ਬਾਕੀ ਇਹਨਾਂ ਦੋਸ਼ੀਆਂ ਨੂੰ ਅੱਜ ਪੁਲਿਸ ਰਿਮਾਂਡ ਅਦਾਲਤ 'ਚ ਪੇਸ਼ ਕਰਕੇ ਪੁਲਿਸ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਊਗੀ। ਹਾਂਜੀ, ਕੱਲ੍ਹ ਮਿਤੀ 20/12 ਨੂੰ ਥਾਣਾ ਜੀਤਵਾਲ ਦੀ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਗੁਰਸੇਵ ਸਿੰਘ ਔਰ ਘੁੱਗੀ ਪੁੱਤਰ ਬਲਵੀਰ ਸਿੰਘ ਵਾਸੀ ਮਾਛੀਕੇ, ਕੁਲਵਿੰਦਰ ਸਿੰਘ ਕਿੰਦਾ ਪੁੱਤਰ ਬਲਜੀਤ ਸਿੰਘ ਵਾਸੀ ਮਾਛੀਕੇ ਅਤੇ ਜਸਪ੍ਰੀਤ ਸਿੰਘ ਜੱਸਾ ਪੁੱਤਰ ਹਰਭਜਨ ਸਿੰਘ ਵਾਸੀ ਬਿਲਾਸਪੁਰ, ਇਹ ਤਿੰਨੇ ਜਿਹੜੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਕਰਦੇ ਆ ਅਤੇ ਕਿਸੇ ਖੋਹ ਦੇ ਮੋਟਰਸਾਈਕਲ ਸਮੇਤ ਇਹ ਤਖਾਨਵਾਦ ਪਿੰਡ ਤੋਂ ਢੁੱਡੀਕੇ ਨੂੰ ਆ ਰਹੇ ਆ, ਜਿਸ ਦੇ ਆਧਾਰ 'ਤੇ ਮੁਕੱਦਮਾ ਦਰਜ ਕਰਕੇ ਇਹ ਐੱਸ ਏ ਸੰਦੀਪ ਕੁਮਾਰ ਨੇ ਦੱਸੀ ਹੋਈ ਜਗ੍ਹਾ 'ਤੇ ਨਾਕਾਬੰਦੀ ਕਰਕੇ ਇਹਨਾਂ ਤਿੰਨਾਂ ਨੂੰ ਕਾਬੂ ਕੀਤਾ। ਇਹਨਾਂ ਦੇ ਕੋਲੋਂ ਇੱਕ ਹੀਰੋ ਪ੍ਰੋ ਮੋਟਰਸਾਈਕਲ ਸਪਲੈਂਡਰ ਜਿਹੜਾ ਇਹਨਾਂ ਨੇ 4-5 ਦਿਨ ਪਹਿਲਾਂ ਹੀ ਬੰਦੀ ਗਲਾਂ ਇਲਾਕੇ 'ਚੋਂ ਖੋਹ ਕੀਤੀ ਸੀ ਉਹ ਬਰਾਮਦ ਕੀਤਾ। ਦੋ ਇਹਨਾਂ ਦੇ ਕੋਲੋਂ ਜਸਪ੍ਰੀਤ ਸਿੰਘ ਜੱਸੇ ਕੋਲੋਂ ਅਤੇ ਕੁਲਵਿੰਦਰ ਸਿੰਘ ਕਿੰਦਾ ਦੇ ਕੋਲੋਂ ਖਿਡੌਣੇ ਪਿਸਤੌਲ ਜਿਹੜੇ ਕਿ ਪਿਸਤੌਲ ਦਾ ਡਰਾਵਾ ਦੇ ਕੇ ਲੋਕਾਂ ਤੋਂ ਖੋਹਾਂ ਕਰਦੇ ਸੀ ਉਹ ਬਰਾਮਦ ਕੀਤੇ ਹੈ। ਪੁੱਛਗਿੱਛ ਦੌਰਾਨ ਦੋ ਮੋਟਰਸਾਈਕਲ ਹੋਰ ਜਿਹੜੇ ਇਹਨਾਂ ਨੇ ਪਹਿਲਾਂ ਹੋਏ ਸੀਗੇ, ਇੱਕ ਹੀਰੋ ਹਾਂਡਾ CD100 ਹੈ, ਇੱਕ ਮੋਟਰਸਾਈਕਲ ਹੀਰੋ HF Deluxe ਹੈ, ਦੋ ਹੋਰ ਮੋਟਰਸਾਈਕਲ ਰਿਕਵਰ ਕੀਤੇ ਹੈ। ਹੁਣ ਤੱਕ ਇਹਨਾਂ ਦੋਸ਼ੀਆਂ ਤੋਂ ਕੁੱਲ ਅਸੀਂ 3 ਮੋਟਰਸਾਈਕਲ ਰਿਕਵਰ ਕਰ ਚੁੱਕੇ ਹਾਂ, 2 ਖਿਡੌਣਾ ਪਿਸਤੌਲ ਰਿਕਵਰ ਕੀਤੇ ਹੈ। ਬਾਕੀ ਇਹਨਾਂ ਦੋਸ਼ੀਆਂ ਨੂੰ ਅੱਜ ਪੁਲਿਸ ਰਿਮਾਂਡ ਅਦਾਲਤ 'ਚ ਪੇਸ਼ ਕਰਕੇ ਪੁਲਿਸ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਊਗੀ। ਹਾਂਜੀ, ਕੱਲ੍ਹ ਮਿਤੀ 20/12 ਨੂੰ ਥਾਣਾ ਜੀਤਵਾਲ ਦੀ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਗੁਰਸੇਵ ਸਿੰਘ ਔਰ ਘੁੱਗੀ ਪੁੱਤਰ ਬਲਵੀਰ ਸਿੰਘ ਵਾਸੀ ਮਾਛੀਕੇ, ਕੁਲਵਿੰਦਰ ਸਿੰਘ ਕਿੰਦਾ ਪੁੱਤਰ ਬਲਜੀਤ ਸਿੰਘ ਵਾਸੀ ਮਾਛੀਕੇ ਅਤੇ ਜਸਪ੍ਰੀਤ ਸਿੰਘ ਜੱਸਾ ਪੁੱਤਰ ਹਰਭਜਨ ਸਿੰਘ ਵਾਸੀ ਬਿਲਾਸਪੁਰ, ਇਹ ਤਿੰਨੇ ਜਿਹੜੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਕਰਦੇ ਆ ਅਤੇ ਕਿਸੇ ਖੋਹ ਦੇ ਮੋਟਰਸਾਈਕਲ ਸਮੇਤ ਇਹ ਤਖਾਨਵਾਦ ਪਿੰਡ ਤੋਂ ਢੁੱਡੀਕੇ ਨੂੰ ਆ ਰਹੇ ਆ, ਜਿਸ ਦੇ ਆਧਾਰ 'ਤੇ ਮੁਕੱਦਮਾ ਦਰਜ ਕਰਕੇ ਇਹ ਐੱਸ ਏ ਸੰਦੀਪ ਕੁਮਾਰ ਨੇ ਦੱਸੀ ਹੋਈ ਜਗ੍ਹਾ 'ਤੇ ਨਾਕਾਬੰਦੀ ਕਰਕੇ ਇਹਨਾਂ ਤਿੰਨਾਂ ਨੂੰ ਕਾਬੂ ਕੀਤਾ। ਇਹਨਾਂ ਦੇ ਕੋਲੋਂ ਇੱਕ ਹੀਰੋ ਪ੍ਰੋ ਮੋਟਰਸਾਈਕਲ ਸਪਲੈਂਡਰ ਜਿਹੜਾ ਇਹਨਾਂ ਨੇ 4-5 ਦਿਨ ਪਹਿਲਾਂ ਹੀ ਬੰਦੀ ਗਲਾਂ ਇਲਾਕੇ 'ਚੋਂ ਖੋਹ ਕੀਤੀ ਸੀ ਉਹ ਬਰਾਮਦ ਕੀਤਾ। ਦੋ ਇਹਨਾਂ ਦੇ ਕੋਲੋਂ ਜਸਪ੍ਰੀਤ ਸਿੰਘ ਜੱਸੇ ਕੋਲੋਂ ਅਤੇ ਕੁਲਵਿੰਦਰ ਸਿੰਘ ਕਿੰਦਾ ਦੇ ਕੋਲੋਂ ਖਿਡੌਣੇ ਪਿਸਤੌਲ ਜਿਹੜੇ ਕਿ ਪਿਸਤੌਲ ਦਾ ਡਰਾਵਾ ਦੇ ਕੇ ਲੋਕਾਂ ਤੋਂ ਖੋਹਾਂ ਕਰਦੇ ਸੀ ਉਹ ਬਰਾਮਦ ਕੀਤੇ ਹੈ। ਪੁੱਛਗਿੱਛ ਦੌਰਾਨ ਦੋ ਮੋਟਰਸਾਈਕਲ ਹੋਰ ਜਿਹੜੇ ਇਹਨਾਂ ਨੇ ਪਹਿਲਾਂ ਹੋਏ ਸੀਗੇ, ਇੱਕ ਹੀਰੋ ਹਾਂਡਾ CD100 ਹੈ, ਇੱਕ ਮੋਟਰਸਾਈਕਲ ਹੀਰੋ HF Deluxe ਹੈ, ਦੋ ਹੋਰ ਮੋਟਰਸਾਈਕਲ ਰਿਕਵਰ ਕੀਤੇ ਹੈ। ਹੁਣ ਤੱਕ ਇਹਨਾਂ ਦੋਸ਼ੀਆਂ ਤੋਂ ਕੁੱਲ ਅਸੀਂ 3 ਮੋਟਰਸਾਈਕਲ ਰਿਕਵਰ ਕਰ ਚੁੱਕੇ ਹਾਂ, 2 ਖਿਡੌਣਾ ਪਿਸਤੌਲ ਰਿਕਵਰ ਕੀਤੇ ਹੈ। ਬਾਕੀ ਇਹਨਾਂ ਦੋਸ਼ੀਆਂ ਨੂੰ ਅੱਜ ਪੁਲਿਸ ਰਿਮਾਂਡ
ਅਦਾਲਤ 'ਚ ਪੇਸ਼ ਕਰਕੇ ਪੁਲਿਸ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਊਗੀ।